ਸਤਿ ਸ਼੍ਰੀ ਅਕਾਲ ਜੀ, ਮੈਂ ਹਰਪਿੰਦਰ ਜਤਵਿੰਦਰ ਗਰੇਵਾਲ ਦੇ ਨਾਲ ਖੜੇ ਹਾਂ ਜੀ ਗੁਰਬਖਸ਼ ਕਾਲੋਨੀ, ਜੋ ਕਿ ਪਟਿਆਲੇ ਦਾ ਬਹੁਤ ਹੀ ਡੈਂਸ ਏਰੀਆ ਅਤੇ ਪੁਰਾਣਾ ਏਰੀਆ। ਕਰਾਂਗੇ ਇਹਨਾਂ ਦੇ ਵੋਟਰਸ ਦੇ ਨਾਲ ਗੱਲਬਾਤ ਔਰ ਜਾਣਾਂਗੇ ਇਲੈਕਸ਼ਨ ਦਾ ਰੁੱਖ, ਨਾਲ ਨਾਲ ਗੱਲਬਾਤ ਕਰਾਂਗੇ ਕੀ ਹੋਈ ਹੈ ਇੱਥੇ ਡਿਵੈਲਪਮੈਂਟ। ਇੱਥੇ ਦੀਆਂ ਦੇਖੋ ਜੀ ਸਮੱਸਿਆਵਾਂ ਤਾਂ ਬਹੁਤ ਸਾਰੀਆਂ ਨੇ। ਪਹਿਲੀ ਸਮੱਸਿਆ ਦਾ ਉਹ ਪਿੱਛੇ ਤੁਹਾਡੇ ਆ ਪੁਲ, ਉਹ ਦੇਖੋ ਟਰੈਕਟਰ ਲੰਘ ਰਿਹਾ ਉੱਥੋਂ। ਜਦੋਂ ਇੱਥੇ ਜਾਣ ਜਾਣ ਦਾ ਰਸਤਾ ਹੈ, ਆਉਣ ਦਾ ਰਸਤਾ ਨਹੀਂ ਹੈਗਾ। ਦੂਜੀ ਸਮੱਸਿਆ ਹੈਗੀ ਆ, ਇੱਥੇ ਕੋਈ ਡਿਸਪੈਂਸਰੀ ਨਹੀਂ ਹੈਗੀ, ਨਾ ਕੋਈ ਹੋਸਪਿਟਲ ਹੈ, ਨਾ ਕੋਈ ਇੱਦਾਂ ਦਾ ਆ। ਉਹਦੇ ਲਈ ਸਾਨੂੰ ਜਾਂ ਤਾਂ ਰਜਿੰਦਰਾ ਹੋਸਪਿਟਲ ਜਾਣਾ ਪੈਂਦਾ, ਜਾਂ ਆ ਪਿੱਛੇ ਪ੍ਰਾਈਵੇਟ ਹੋਸਪਿਟਲ ਨੇ। ਗਰੀਬ ਬੰਦੇ ਲਈ ਤਾਂ ਕੋਈ ਇਲਾਜ ਦੀ ਇੱਥੇ ਕੋਈ ਸਹੂਲਤ ਹੈ ਨਹੀਂ ਗੀ। ਸਰਕਾਰ ਦਾ ਤਾਂ ਕੋਈ ਪਤਾ ਨਹੀਂ ਲੱਗਦਾ ਹੈਗਾ ਲੋਕ, ਹੁਣ ਆਖਰੀ ਟਾਈਮ 'ਤੇ ਲੋਕ ਕਿੱਧਰ ਨੂੰ ਜਾ ਲੈਂਦੇ ਨੇ। ਲੇਕਿਨ ਸੰਭਾਵਨਾ ਇਹੀ ਲੱਗ ਰਹੀ ਹੈ ਕਿ ਇਸ ਵਾਰੀ ਜੋ ਵੀ ਹੋਊਗਾ ਰਲਿਆ ਮਿਲਿਆ ਹੋਊਗਾ ਕੁਛ, ਕਿਸੇ ਇੱਕ ਦੀ ਸਰਕਾਰ ਤਾਂ ਲੱਗਦਾ ਨਹੀਂ ਵੀ ਮੈਨੂੰ ਆਊਗੀ। ਸਮੱਸਿਆ ਹੀ ਸਮੱਸਿਆ ਨੇ ਜੀ, ਬਰਸਾਤ ਦਾ ਨਿਕਾਸੀ ਪਾਣੀ ਨਹੀਂ ਹੁੰਦਾ, ਗੰਦੇ ਨਾਲੇ ਨੇ, ਹੋਰ ਕੀ ਉਹਦੇ। ਕੈਪਟਨ ਸਾਹਿਬ ਦਾ ਗੁੜਗਾ ਹੀ ਸੋ ਖਾਂਦੇ ਫਿਰਦੇ ਨੇ ਜੀ। ਉਹਨਾਂ ਵੱਲੋਂ ਤਾਂ ਮਿਲੀ ਹੈ ਜੀ, ਝਾੜੂ ਆ ਜੀ। ਆਹ ਤੁਹਾਨੂੰ ਰੁਜ਼ਗਾਰ ਹੋਣਾ ਚਾਹੀਦਾ ਵਧੀਆ। ਹਾਂਜੀ ਹਾਂ, ਵਿਹਲੇ ਪੜ੍ਹੇ ਲਿਖੇ ਵਿਹਲੇ ਫਿਰ ਰਹੇ ਹਾਂ। ਗ੍ਰੈਜੂਏਸ਼ਨ ਬੱਚੇ ਰੇੜੇ ਲਾਈ ਬੈਠੇ ਨੇ, ਐਸੀ ਸਰਕਾਰ ਦਾ ਕੀ ਫਾਇਦਾ। ਹਰ ਕੋਈ ਇਨਸਾਨ ਇਹੀ ਚਾਹੇਗਾ ਨਵੀਂ ਸਰਕਾਰ ਆਏ, ਕਿਉਂਕਿ ਜਿਸ ਹਿਸਾਬ ਨਾਲ ਮਾਹੌਲ ਚੱਲ ਰਿਹਾ ਹੈਗਾ, ਨਜ਼ਰ ਤੁਹਾਨੂੰ ਸਭ ਆ ਰਿਹਾ ਵੀ ਸਹੀ ਤਰ੍ਹਾਂ ਵਾਤਾਵਰਨ ਸਹੀ ਤਾਂ ਹੈ ਨੀਗਾ, ਨਾ ਨਾ ਪਾਣੀ ਦਾ, ਨਾ ਸਿਵਰਾਂ ਦਾ। ਬੜਾ ਬੁਰਾ ਹਾਲ ਹੈ ਲੋਕਾਂ ਦਾ, ਕਲੋਨੀਆਂ ਦਾ ਬਾਹਲੇ ਬੁਰਾ ਹਾਲ ਹੈ ਲੋਕਾਂ ਲਈ। ਜੋ ਆਮ ਆਦਮੀ ਪਾਰਟੀ ਨੇ, ਸਭ ਤੋਂ ਪਹਿਲਾਂ ਕੇਜਰੀਵਾਲ ਜੀ ਨੇ ਸਿੱਖਿਆ ਤੋਂ ਜੋ ਨੌਜਵਾਨੀ ਹੈ, ਅੱਜ ਇਹ ਸਰਕਾਰਾਂ ਨੇ ਸਾਡੇ ਕਰੋਨਾ ਦਾ ਇੱਕ ਆੜ ਪਿੱਛੇ ਸਕੂਲ ਬੰਦ ਕਰਾ ਤੇ, ਸਾਡੇ ਬੱਚੇ ਉਹ ਅੱਗੇ ਵੱਡੇ ਹੋ ਗਏ, ਅਸੀਂ ਪੜ੍ਹਾਉਣਾ ਚਾਹੁੰਦੇ ਹਾਂ, ਪਰ ਇਹ ਸਰਕਾਰਾਂ ਨੇ ਸਾਡੇ ਸਕੂਲ ਬੰਦ ਕਰਤੇ। ਦੇਖੋ ਜੀ, ਸਰਕਾਰਾਂ ਚਾਹੇ ਕੋਈ ਵੀ ਹੋਵੇ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਕਾਂਗਰਸ ਦੀ, ਚਾਹੇ ਆਮ ਆਦਮੀ ਪਾਰਟੀ ਦੀ, ਜਿੱਥੇ ਤੱਕ ਲੋਕਾਂ ਦਾ ਸਵਾਲ ਹੈ ਉਹਨਾਂ ਨੂੰ ਲੋਕਾਂ ਦਾ ਫਾਇਦਾ ਹੀ ਸੋਚਣਾ ਚਾਹੀਦਾ। ਦੇਖੋ ਇੰਨੀ ਭ੍ਰਿਸ਼ਟਾਚਾਰੀ ਹੈ, ਭੁੱਖਮਰੀ ਹੋਈ ਪਈ ਹੈ, ਲੋਕਡਾਊਨ 'ਚ ਲਾ ਲਓ, ਗਰੀਬਾਂ ਦਾ ਬਹੁਤ ਬੁਰਾ ਹਾਲ ਹੋਇਆ। ਦੋਵੇਂ ਸਰਕਾਰਾਂ ਨੂੰ ਅਸੀਂ ਵਰਤ ਕੇ ਦੇਖ ਲਿਆ, ਹੁਣ ਅਸੀਂ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਵਰਤ ਕੇ ਦੇਖਾਂਗੇ। 5 ਸਾਲ ਇਸ ਵਾਰੀ ਉਹਨਾਂ ਨੂੰ ਇੱਕ ਮੌਕਾ ਦੇਵਾਂਗੇ ਵੀ ਦੇਖੋ ਹੁਣ ਉਹ ਕੀ ਕਰਦੇ ਇਹਨਾਂ 5 ਸਾਲਾਂ ਦੇ ਵਿੱਚ। ਮੰਗ ਤਾਂ ਆਮ ਆਦਮੀ ਦੀ ਬਹੁਤ ਹੀ ਹੁੰਦੀ ਹੈ, ਕਿਹੜਾ ਕੋਈ ਪੂਰਾ ਕਰਦਾ ਜੀ ਕਦੇ। ਮੰਗਾਂ ਸਾਨੂੰ ਹੈਗਾ ਕਿ ਗਰੀਬਾਂ ਨੂੰ ਮਕਾਨ ਮਿਲ ਜਾਵੇ, ਬਿਜਲੀ ਫਰੀ ਕਰ ਦੇਵੇ, ਪਾਣੀ ਪੂਣੀ ਦਾ ਹੱਲ ਕਰਦੇ ਪੂਰਾ, ਵੀ ਗਰੀਬਾਂ ਤੋਂ ਹੋਰ ਕੀ ਚਾਹੀਦਾ ਹੈ। ਕਰਿਆ ਜਿੰਨਾ ਕਰਨਾ ਸੀ ਉਹਨਾਂ ਨੇ ਕਰ ਲਿਆ ਜੀ, ਹੁਣ ਤਾਂ ਨਵੀਂ ਸਰਕਾਰ ਆ ਜੀ, ਹੋਰ ਚੰਗੀ ਗੱਲ ਹੈ, ਪਤਾ ਲੱਗੇ ਸਾਰਿਆਂ ਦਾ। ਜੀ ਮੈਂ ਆਰਟਿਸਟ ਹਾਂ ਜੀ, ਪੇਂਟਰ ਹੈਗਾ ਜੀ ਮੈਂ, ਅਤੇ ਗੁਜਰਾਤ ਦਾ ਰਹਿਣ ਵਾਲਾ ਹੈਗਾ, ਪਟਿਆਲੇ ਦਾ ਜਨਮ ਹੈ ਆਪਣਾ, ਠੀਕ ਹੈ ਜੀ। ਅਤੇ ਜੀ ਕੰਮ ਤਾਂ ਸਾਰੇ ਸਰਕਾਰਾਂ ਨੂੰ ਵਧੀਆ ਹੀ ਕਰਨੇ ਚਾਹੀਦੇ, ਜਿਹਦੇ ਨਾਲ ਕਿ ਆਮ ਜਨਤਾ ਨੂੰ ਸਾਰਿਆਂ ਨੂੰ ਸੁਵਿਧਾ ਹੋਵੇ, ਹਰ ਚੀਜ਼ ਦੀ, ਪਾਣੀ, ਬਿਜਲੀ ਅਤੇ ਆਉਣ ਜਾਣ ਦੇ ਵਾਸਤੇ ਸੜਕਾਂ ਦੀ, ਹਰ ਚੀਜ਼ ਦੀ ਸੁਵਿਧਾ ਹੋਣੀ ਚਾਹੀਦੀ ਹੈ। 5 ਸਾਲ ਜੀ ਥੋੜ੍ਹਾ ਬਹੁਤ ਦਿਖਿਆ ਜੀ, ਬਾਕੀ ਸੰਤੁਸ਼ਟ ਨਹੀਂ ਹੈ ਕੋਈ ਵੀ ਸ਼ਹਿਰ ਦਾ ਵਾਸੀ, ਕੋਈ ਸੰਤੁਸ਼ਟ ਨਹੀਂ ਇਸ ਤੋਂ। ਹੁਣ ਨਵੀਂ ਸਰਕਾਰ ਜਿਹੜੀ ਬਣੇਗੀ, ਉਹ ਜੋ ਚੰਗਾ ਕੰਮ ਕਰੇਗੀ ਤਾਂ ਅਗਲੇ 5 ਸਾਲ ਵਾਸਤੇ ਦੁਬਾਰਾ ਫਿਰ ਆਏਗੀ। ਸਾਡੇ ਵੱਲੋਂ ਤਾਂ ਇਹ ਜਿਹੜੀ ਚੀਜ਼ ਦੀ ਡਿਮਾਂਡ ਹੈ ਉਹ ਪੂਰੀ ਕਰਨਾ, ਜੇ ਕਰ ਸਕਦੀਆਂ, ਨਹੀਂ ਡਿਮਾਂਡ ਪੂਰੀ ਕਰ ਸਕਦੀਆਂ ਤਾਂ ਕੱਢ ਦੇਣਾ, ਬੁਲਾਓ ਹੀ ਨਾ ਉਹਨਾਂ ਨੂੰ, ਉਹਨਾਂ ਫਾਇਦਾ ਕੀ ਹੈ। ਦੇਖੋ ਜੀ ਪਾਰਟੀ ਦੇ ਕਈ ਨੇ ਹੁਣ ਕੀ ਦੱਸ ਸਕਦੇ ਆ, ਕੋਈ ਫਾਇਦਾ ਨਹੀਂ ਜੀ ਕਿਹੜੀ ਬਣ ਸਕਦੀ ਹੈ। ਭਾਅ ਜੀ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਐਰਕੀ ਝਾੜੂ ਦੀ ਹੀ ਆਏਗਾ ਕੰਮ, ਝਾੜੂ ਨਹੀਂ ਜੇ ਨਹੀਂ, ਉਹਨਾਂ ਨੇ ਕੁਛ ਨਹੀਂ ਕੀਤਾ ਹੈਗਾ ਹਜੇ ਤੱਕ, ਜਾਨੀ ਕਿ ਸਰਕਾਰ ਤੋਂ ਜੀ ਸਾਡੀ ਮੰਗ ਤਾਂ ਇਹੋ ਹੀ ਹੈ ਵੀ ਜੋ ਵੀ ਸਾਨੂੰ ਕੰਮ ਚਾਹੀਦਾ ਸਾਡਾ ਪੂਰਾ ਹੋਣਾ ਚਾਹੀਦਾ ਹੈਗਾ ਆ,
ਜੋ ਵੀ ਸਾਨੂੰ ਸਰਕਾਰ ਕੁਛ ਵੀ ਸਾਡੇ ਵਾਸਤੇ ਕਰਦੀ ਹੈ, ਜੋ ਕੋਈ ਅਸੀਂ ਉਹ ਮੰਗਣਾ ਚਾਹੁੰਦੇ ਹਾਂ ਸਾਡੀ ਨਹੀਂ ਵੀ ਕਈ ਵੇਲੇ ਪੂਰੀ ਕਰਦੇ ਹੈਗੇ, ਅਤੇ ਫਿਰ ਉੱਥੇ ਸਾਡਾ ਮਨ ਜਿਹੜਾ ਉਹ ਖਰਾਬ ਹੋ ਜਾਂਦਾ। ਅਸੀਂ ਨਹੀਂ ਸਰਕਾਰਾਂ ਨੂੰ ਤਾਂ ਜੀ ਦੇਖੋ ਜਿਹੜੇ ਪਹਿਲੇ ਬੀਤੀਆਂ ਸਰਕਾਰਾਂ ਨੇਗੀਆਂ ਇਹ ਕੁਛ ਕੰਮ ਸਾਨੂੰ ਦਿਖਿਆ ਤਾਂ ਹੈ ਨਹੀਂ, ਨਾ ਯੁਵਾ ਦੇ ਵਿੱਚ ਦਿਖਿਆ ਨਾ ਹੋਰ ਕੰਮਾਂ ਦੇ ਵਿੱਚ ਦਿਖਿਆ, ਸਗੋਂ ਡੁੱਬਿਆ ਹੀ ਹੈ ਜੀ। ਅਤੇ ਹੁਣ ਜਿਹੜਾ ਇੱਕ ਆਸ ਬਣੀ ਆ ਉਹ ਤਾਂ ਇੱਕ ਝਾੜੂ 'ਤੇ ਹੀ ਬਣੀ ਹੈਗੀ, ਕੰਮ ਅਸੀਂ ਉਹਨਾਂ ਦਾ ਦੇਖਿਆ ਡਿਪੈਂਡੈਂਸ ਸਰ ਬਹੁਤ ਹੋਈ ਹੈ ਜੀ। ਸਰ ਨਦੀ ਪਾਰ ਤਾਂ ਹੋਈ ਹੈ ਜੀ, ਦੇਖੋ ਇੱਧਰ ਤਾਂ ਨਹੀਂ, ਇੱਧਰ ਤਾਂ ਸੜਕਾਂ ਬਣਾ ਤੀਆਂ ਇਹਨਾਂ ਨੇ, ਸਭ ਕੁਝ ਕਰਤਾ ਹੈਗਾ ਜੀ। ਨਹੀਂ ਠੀਕ ਹੈ ਸਰ, ਠੀਕ ਹੈ, ਬਿਜਲੀ ਪਾਣੀ ਵਗੈਰਾ ਠੀਕ। ਕਰਨੀ ਤਾਂ ਚਾਹੀਦੀ ਹੈ ਜੀ ਵੋਟ, ਜਾਂ ਤਾਂ ਜੀ ਆਪਾਂ ਪਾਵਾਂਗੇ ਮੋਦੀ ਨੂੰ ਜੀ, ਜਾਂ ਫਿਰ ਕੇਜਰੀਵਾਲ ਨੂੰ। ਸਰ ਚਾਹੇ ਇਹ ਪਟਿਆਲਾ ਹੈ ਪਰ ਕਿਤੇ ਨਾ ਕਿਤੇ ਇਹ ਗੰਦਗੀ ਹੈ ਜਿਹੜੀ ਪਲਾਟਸ ਦੇ ਵਿੱਚ, ਔਰ ਇਹ ਪਲਾਸਟਿਕ ਹੈ ਇਹ ਬਹੁਤ ਹੀ ਜ਼ਿਆਦਾ ਇਸ ਏਰੀਏ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਜੋ ਇਹ ਆਮ ਲੋਕ ਵੀ ਨੇ ਇੱਥੇ ਦੇ ਰਿਹਾਇਸ਼ੀ ਲੋਕ ਨੇ, ਇੱਥੇ ਰਹਿਣ ਵਾਲੇ ਲੋਕ ਨੇ, ਉਹ ਇਸਤੇਮਾਲ ਕਰਕੇ ਜਿਹੜਾ ਕੂੜਾ ਕਰਕਟ ਹੁੰਦਾ ਉਹ ਨਾਲ ਵਾਲੇ ਪਲੋਟ ਦੇ ਵਿੱਚ ਸੁੱਟ ਦਿੰਦੇ ਨੇ। ਸੋ ਕਿਤੇ ਨਾ ਕਿਤੇ ਸਰਕਾਰਾਂ ਦੇ ਜਿਹੜੇ ਇਹ ਕੰਮ ਵੀ ਨੇ, ਆਉਂਦੇ ਜਾਂਦੇ ਜਦੋਂ ਵੋਟਾਂ ਮੰਗਣ ਆਉਂਦੇ ਨੇ, ਤਾਂ ਸਾਡੇ ਸ਼ਹਿਰ ਨਿਵਾਸੀਆਂ ਨੂੰ ਵੀ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਵੀ ਉਹਨਾਂ ਨੂੰ ਇਹ ਇਲਾਕੇ ਦਿਖਾਏ ਜਾਣ, ਤਾਂ ਜੋ ਜਿਹੜਾ ਇਹ ਸਾਫ਼ ਸੁਥਰਾ ਮਾਹੌਲ ਹੈ ਇਹਨਾਂ ਲੋਕਾਂ ਨੂੰ ਵੀ ਮਿਲ ਸਕੇ ਔਰ ਪੂਰੇ ਸੋਹਣੇ ਅਤੇ ਵਧੀਆ ਇਲਾਕੇ ਦੇ ਵਿੱਚ ਰਹਿਣ। ਮੈਂ ਤਾਂ ਬਸ ਸਾਫ਼ ਸਫਾਈ ਜੀ, ਬਾਕੀ ਹੋਰ ਤਾਂ ਕੀ ਰੁਜ਼ਗਾਰ ਮਿਲ ਜਾਵੇ। ਬੇਸਿਕ ਸਹੂਲਤਾਂ ਦਾ ਮੈਨੂੰ ਬਹੁਤ ਹੀ ਹੈ, ਰੁਜ਼ਗਾਰ ਹੀ ਮਿਲ ਜਾਵੇ ਨੌਜਵਾਨਾਂ ਨੂੰ, ਸਾਫ਼ ਸੂਫ ਕਰਨ ਦਾ ਕੋਈ ਨਹੀਂ ਆਉਂਦਾ, ਬਹੁਤ ਕਿਹਾ ਜੀ ਕੋਈ ਨਹੀਂ ਆਉਂਦਾ। ਤੁਹਾਡੇ ਸਾਹਮਣੇ ਦੁਕਾਨ ਦੇ ਢੇਰ ਲੱਗਿਆ ਹੋਇਆ, ਕੀ ਕਦੇ ਤੁਸੀਂ ਕੰਪਲੇਂਟ ਨਹੀਂ ਕੀਤੀ ਉਹਨਾਂ ਦੀ? ਕੰਪਲੇਂਟ ਤਾਂ ਮੈਮ ਬਹੁਤ ਵਾਰ ਕੀਤੀ ਹੈ, ਕਰਕੇ ਵੀ ਗਏ ਫਿਰ ਵੀ ਦੁਨੀਆ ਹਟਦੀ ਨਹੀਂ, ਅਸੀਂ ਇਹਨਾਂ ਨੂੰ ਵੀ ਕਈ ਵਾਰ ਰੋਕਿਆ ਫਿਰ ਵੀ ਨਹੀਂ ਹਟਦੀ ਦੁਨੀਆ, ਤਾਂ ਦੱਸੋ ਕਿਆ ਕਰੀਏ। ਕੂੜਾ ਚੱਕਣ ਵਾਲੇ ਨਹੀਂ ਆਉਂਦੇ? ਕੂੜਾ ਚੱਕਣ ਵਾਲੇ ਵੀ ਉਰੇ ਕੂੜਾ ਗਿਰ ਰਹੇ ਹਾਂ। ਹਾਂਜੀ, ਤੁਸੀਂ ਉਹਨਾਂ ਨੂੰ ਕਦੇ ਰੋਕਿਆ ਨਹੀਂ ਕਿ ਵੀ ਤੁਸੀਂ ਇਹ ਜਿਹੜਾ ਕੂੜਾ ਸ਼ਹਿਰ ਤੋਂ ਬਾਹਰ ਗਿਰੋ? ਸਰਕਾਰੀ ਮੁਲਾਜ਼ਮ ਹੈ, ਉਹਨਾਂ ਨੂੰ ਕੌਣ ਕਹਿ ਸਕਦਾ ਜੀ ਕੁਛ? ਰੋਕਤੇ ਹੈ ਨਾ ਤਬ ਯਹਾਂ ਪਰ ਪੰਗਾ ਮਾਰ ਪੀਟ ਹੋ ਜਾਤੇ ਹੈ। ਸਰਕਾਰ ਸੇ ਮੰਗਨੇ ਕੀ ਤੋ ਕਿਆ ਬਾਤ ਹੈ, ਜੈਸੇ ਗਰੀਬ ਬੰਦਾ ਕਾ ਰਾਸ਼ਨ ਬਣਾ ਹੁਆ ਹੈ ਵੋ ਵੀ ਕਾਟ ਦਿਆ, ਨਾ ਕੋਈ ਪੈਨਸ਼ਨ ਲੱਗ ਰਹੀ ਹੈ ਨਾ ਕੋਈ ਕੁਛ ਲੱਗ ਰਿਹਾ ਹੈ, ਗਰੀਬ ਬੰਦੇ ਨੂੰ ਤੋ ਕੁਛ ਨਹੀਂ ਮਿਲਤਾ, ਸਭ ਅਮੀਰ ਕੋ ਹੀ ਮਿਲਤਾ ਹੈ। ਉਸ ਦਿਨ ਭਰੇ ਗਏ ਕਾਰਡ, ਬਿਰਧਾ ਪੈਨਸ਼ਨ ਕੇ ਕਾਰਡ ਭਰੇ ਗਏ ਨਾ, ਤਾਂ ਕਹਤਾ ਹੈ ਕਿ ਅਭੀ ਨਹੀਂ ਭਰਾਂਗੇ, ਜਾਓ 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 ਯਾਰ। ਸਰਕਾਰ ਆਂਦੀ ਹੈ ਤੇ ਕੀ ਸਹੂਲਤਾਂ ਦੀ ਮੰਗ ਕਰਦੇ ਹੋ ਤੁਸੀਂ? ਸਭ ਤੋਂ ਪਹਿਲੇ ਤਾਂ ਮਹਿੰਗਾਈ ਘਟਾਉਣੀ ਚਾਹੀਏ ਜੀ, ਇੱਕ ਜਿਹੜੇ ਨਾ ਕੰਮ ਕਰਨ ਵਾਲੇ ਇਨਸਾਨ ਹੈ ਉਹਨੇ ਕੰਮ ਪਰ ਲਗਾਇਆ ਜਾਵੇ। ਇੱਕ ਤਾਂ ਜਿਹੜੀ ਬੇਰੁਜ਼ਗਾਰੀ ਉਹਨੂੰ ਖਤਮ ਕੀਤਾ ਜਾਵੇ ਜੀ, ਤਾਂ ਕਿ ਜਿਹੜੇ ਬੱਚੇ ਨਸ਼ੇ ਕਰਦੇ ਆ ਇਸ ਤੋਂ ਮੁਕਤੀ ਮਿਲ ਸਕੇ, ਉਹਨਾਂ ਨੂੰ ਆਪਣੇ ਕੰਮ ਕਾਰ 'ਚ ਲੱਗੇ ਰਹਿਣ, ਤਾਂ ਕਿ ਸਾਨੂੰ ਜਿਹੜੇ ਗਰੀਬ ਬੱਚੇ ਬਾਹਰ ਨਾ ਜਾ ਨਹੀਂ ਸਕਦੇ, ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈ ਤਾਂ ਕਿ ਉਹ ਬਾਹਰ ਭੇਜ ਸਕਣ, ਇੱਥੇ ਪੁੱਠੀਆਂ ਹੱਥ ਲਾ ਕੇ ਨਸ਼ੇ ਆਦਿ ਹੋ ਗਏ। ਸਰ ਆ ਰਹੀ ਹੈ ਜੀ ਸਰਕਾਰ ਜੀ, ਕਿਉਂ ਆ ਰਹੀ ਹੈ ਜੀ? ਇਹਨੇ ਦਿੱਲੀ 'ਚ ਸਭ ਵਿਕਾਸ ਕੀਤਾ ਜੀ ਬਹੁਤ ਜ਼ਿਆਦਾ ਜੀ, ਦਿੱਲੀ ਤੁਸੀਂ ਕਿਸੇ ਵੀ ਬੰਦੇ ਤੋਂ ਪੁੱਛ ਲਓ ਜੀ ਉਹ ਇਹੀ ਕਹੇਗਾ ਜੀ ਝਾੜੂ ਝਾੜੂ ਜੀ। ਵਿਕਾਸ ਹੋਊਗਾ ਤਾਂ ਹੀ ਦੱਸਾਂਗੇ ਜੀ, ਕਿਸੇ ਪਾਰਟੀ ਵੱਲੋਂ ਜੋ ਹੁੰਦਾ ਦੇਖੂਗਾ ਤਾਂ ਹੀ ਦੱਸਾਂਗੇ ਨਾ, ਹਾਲੇ ਮੈਂ ਆਪਣੇ ਵੱਲੋਂ ਕੋਈ ਆਈਡੀਆ ਨਹੀਂ ਦੇ ਸਕਦਾ ਵੀ ਕੀ ਹੋਣਾ ਕੀ ਨਹੀਂ ਹੋਣਾ, ਗੱਲਾਂ ਨੇ ਗੱਲਾਂ ਦੇ ਪੁੱਲ ਨੇ, ਬੰਨੀ ਜਾਓ ਬਣਾਈ ਚੱਲੋ, ਕੁਛ ਵੀ ਨਹੀਂ ਹੋਇਆ। ਕੀ ਹੋਇਆ ਕੀ ਹੋਇਆ ਮੈਨੂੰ ਇਹ ਦੱਸੋ ਤਾਂ ਦਿੰਦੇ, ਤੁਸੀਂ ਆਪ ਖੜ੍ਹੇ ਹੋ, ਤੁਸੀਂ ਤਾਂ ਨੋਟ ਕਰ ਰਹੇ ਹੋਣਾ ਚੀਜ਼ਾਂ ਨੂੰ, ਅੱਜ ਤੱਕ ਕੋਈ ਵਿਕਾਸ ਤੁਹਾਨੂੰ ਨਜ਼ਰ ਆਇਆ? ਜੇ ਤੁਹਾਨੂੰ ਨਜ਼ਰ ਆਇਆ ਤਾਂ ਮੈਨੂੰ ਵੀ ਨਜ਼ਰ ਆਇਆ ਹੋਊ। ਇੱਕ ਤੁਸੀਂ ਇਸ ਏਰੀਆ ਦੇ ਰਹਿਣ ਵਾਲੇ? ਹਾਂਜੀ। ਅਤੇ ਕੀ ਜਿਹੜੀਆਂ ਸਰਕਾਰਾਂ ਨੇ ਕੀ ਡਿਵੈਲਪਮੈਂਟ ਕੀ ਹੋਈ ਹੈ ਸਰ? ਦੇਖੋ ਸਰਕਾਰਾਂ ਤੇ ਡਿਵੈਲਪਮੈਂਟ ਹਰ ਵਾਰੀ ਕੁਛ ਨਾ ਕੁਛ ਤਾਂ ਹੁੰਦਾ ਹੀ ਹੈ, ਅਸੀਂ ਕਹੀਏ ਨਹੀਂ ਕੀਤਾ, ਸਾਡੇ ਐਮ ਸੀ ਹੈ ਅੱਜ ਕੱਲ੍ਹ ਅਨਿਲ ਮੋਦੀ ਗੱਲ ਹੈ, ਪਹਿਲੇ ਰਸ਼ਪਾਲ ਸਿੰਘ ਧੰਜੂ ਜੀ ਸੀ, ਬਹੁਤ ਕੰਮ ਕਰਿਆ, ਅਤੇ ਕੰਮ ਤਾਂ ਹਮੇਸ਼ਾ ਹੀ ਥੋੜ੍ਹਾ ਹੁੰਦਾ ਹੀ ਰਹਿੰਦਾ, ਅਸੀਂ ਕਹੀਏ ਕੰਮ ਨਹੀਂ ਹੋਇਆ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਕੰਮ ਨਹੀਂ ਹੋਇਆ,
ਕੰਮ ਹੁੰਦਾ ਸੀ, ਹੁੰਦਾ ਹੈ, ਹੁੰਦਾ ਰਹੇਗਾ। ਸਰਕਾਰ ਆਉਣੀ ਚਾਹੀਦੀ ਜਿਹੜੀ ਨੌਜਵਾਨਾਂ ਬਾਰੇ ਸੋਚੇ, ਯੂਥ ਬਾਰੇ ਸੋਚੇ, ਅਤੇ ਯੂਥ ਵਾਸਤੇ ਨੌਕਰੀਆਂ ਆਉਣ ਅਤੇ ਬੱਚਿਆਂ ਨੂੰ ਰੁਜ਼ਗਾਰ ਮਿਲੇ, ਅਤੇ ਇਹੋ ਜਿਹੀ ਸਰਕਾਰ ਜਿਹੜੀ ਵਿਕਾਸ ਕਰੇ, ਡਿਵੈਲਪਮੈਂਟਸ ਹੋਵੇ। ਪਿਛਲੇ 5 ਸਾਲ 'ਚੋਂ ਦੇਖ ਲਓ, ਕੋਈ ਨਾ ਕੋਈ ਡਿਵੈਲਪਮੈਂਟ ਹੋ ਰਹੀ ਹੈ, ਨਾ ਹੀ ਬੱਚਿਆਂ ਨੂੰ ਨੌਕਰੀਆਂ ਮਿਲੀਆਂ। ਅਤੇ ਸਰਕਾਰ ਚਾਹੀਦੀ ਹੈ ਜਿਹੜੀ ਮੈਡੀਕਲ ਦੀ ਸਹੂਲਤ ਦੇਵੇ। ਕਰੋਨਾ ਦੇ ਵਿੱਚ ਦੇਖ ਲਓ, ਕਾਂਗਰਸ ਸਰਕਾਰ ਸੀਗੀ ਉੱਥੇ, ਉਰੇ ਪੰਜਾਬ ਦੇ ਵਿੱਚ ਕਿਸੇ ਦੀ ਵੀ ਉਹਨਾਂ ਨੇ ਸਾਰ ਨਹੀਂ ਲਿੱਤੀ। ਲੋਕਾਂ ਦੇ ਘਰਾਂ 'ਚ ਰਾਸ਼ਨ ਨਹੀਂ ਮਿਲਿਆ, ਕਾਫੀ ਦੁਵਿਧਾਵਾਂ ਆਈਆਂ ਨੇ। ਅਤੇ ਸਾਡੇ ਮੁਤਾਬਕ ਤਾਂ ਇਹੀ ਹੈ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣੀ ਚਾਹੀਦੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ। ਦੇਖੋ ਜੀ, ਜਿਸ ਸਮੇਂ ਪੂਰੇ ਦੇਸ਼ ਦੇ ਵਿੱਚ ਜਦ ਮੋਦੀ ਲਹਿਰ ਚੱਲ ਰਹੀ ਸੀਗੀ, ਉਸ ਸਮੇਂ ਵੀ ਪੰਜਾਬ ਦੇ ਲੋਕਾਂ ਨੇ ਮੋਦੀ ਸਾਹਿਬ ਦੇ ਹੱਕ 'ਚ ਫਤਵਾ ਨਹੀਂ ਦਿੱਤਾ। ਤੁਸੀਂ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਦਾ ਜੇ ਇਤਿਹਾਸ ਦੇਖੋ, ਪੰਜਾਬ ਦੇ ਵਿੱਚ ਕਦੇ ਵੀ BJP ਨਹੀਂ ਆ ਸਕਦੀ। ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਜੀ ਦੀ, ਸਾਰੇ ਹੀ ਲੋਕ ਇਸ ਟਾਈਮ ਭੱਲੀ ਪਾਉਣ ਜਾਣੇ, ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਕਿਵੇਂ ਬੇਇੱਜ਼ਤ ਕਰਕੇ ਮੁੱਖ ਮੰਤਰੀ ਦੀ ਸੀਟ ਤੋਂ ਉਤਾਰਿਆ। ਅਤੇ ਸਿਰਫ ਇੱਕ ਉਹਨਾਂ ਦੀ ਉਹ ਮਜਬੂਰੀ ਰਹਿ ਗਈ ਸੀਗੀ, ਅਤੇ ਦੂਸਰੀ ਮਜਬੂਰੀ ਜਿਹੜੇ ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਅਤੇ ਰਣਿੰਦਰ ਸਿੰਘ ਦਾ ਜਿਹੜਾ ਕਾਲਾ ਧਨ ਸਵਿਸ ਬੈਂਕ ਦੇ ਵਿੱਚ ਜਿਹੜਾ ਕੇਸ ਹੈ ED ਕੋਲ, ਉਹ ਸ਼ਾਇਦ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ BJP ਦੇ ਨਾਲ ਚੱਲਣ ਦੀਆਂ। ਦੇਖੋ ਜੀ, ਇਲੈਕਸ਼ਨ ਦੇ ਸਮੇਂ ਦੇ ਵਿੱਚ ਹਰ ਇੱਕ ਪਾਰਟੀ ਦਾ ਆਗੂ ਮਤਲਬ ਕਿੱਥੇ ਨਾ ਕਿੱਥੇ ਜਾਂਦਾ ਰਹਿੰਦਾ ਹੀ ਹੈ। ਅਤੇ ਮੋਦੀ ਸਾਹਿਬ ਜੇ ਡੇਰਾ ਮੁਖੀ ਦੇ ਛੱਡਣ ਦਾ ਬਿਲਕੁਲ ਇਸਦੇ ਨਾਲ ਕੋਈ ਨਾ ਕੋਈ ਇਲੈਕਸ਼ਨ ਨਾਲ ਸੰਬੰਧਿਤ ਮਸਲਾ ਹੈਗਾ, ਇਹ ਅਸੀਂ ਨਹੀਂ, ਇਹ ਲੋਕ ਕਹਿ ਰਹੇ ਨੇ ਜੀ ਵੀ ਡੇਰਾ ਸਾਧ ਨੂੰ ਜਿਹੜਾ ਛੱਡਿਆ ਗਿਆ, ਇਹ ਜ਼ਰੂਰ ਕੋਈ ਨਾ ਕੋਈ ਇਹਨਾਂ ਦੀ ਆਪਣੀ ਕੋਈ ਇਲੈਕਸ਼ਨ ਦੀ ਜਾਂ ਕੋਈ ਚੋਣਾਂ ਦੀ ਰਣਨੀਤੀ ਹੋਵੇਗੀ। ਨੌਕਰੀ ਮਿਲਣੀ ਚਾਹੀਦੀ, ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ। 2 ਮੁੱਦੇ ਨੇ, ਕਿਸੇ ਮਹਿਕਮੇ 'ਚ ਵਗ ਜਾਓ, ਪਟਵਾਰੀ ਹੈ, ਮੈਂ ਹੁਣੇ ਇੰਤਕਾਲ ਕਰਾਇਆ, ਰੁਪਈਆ 1000 ਲਿਆ, ਭ੍ਰਿਸ਼ਟਾਚਾਰ ਕਿੱਥੋਂ ਖਤਮ ਹੋਊਗਾ? ਨੱਥ ਕੇ ਉਹ ਆਪ ਚੋਰ ਹੈ, ਉਹਨੇ ਰੇਤਾ ਖਾ ਕੇ ਸਾਰੇ ਹੀ, ਕਹਿੰਦਾ ਮੈਂ ਦਊਂਗਾ। ਉਹ ਫੋਟੋ 'ਚ ਕੀ ਕਰੀਏ ਹੁਣ, ਕਿਆ ਦੇਖੋ, ਉਹ ਟੈਂਪੂ ਵਾਲੇ ਆ ਗਏ, ਉਹ ਲਾ ਗਏ, ਕਾਲੀ ਆਉਂਦੇ ਨੇ, ਉਹ ਲਾ ਗਏ, ਕਿਹਨੂੰ ਕਰੀਏ ਹੁਣ ਦੱਸੋ? ਅਸੀਂ ਤਾਂ ਮੌਜੂਦਾ ਸਾਡੇ ਬਜ਼ੁਰਗ ਵੀ ਕਾਂਗਰਸ 'ਤੇ ਗਊ ਪੁੱਛਾ ਚੱਲਦਾ ਹੁੰਦਾ ਤਾਂ, 72 ਸਾਲ ਦੀ ਉਮਰ ਹੈ, ਹੁਣ ਆ ਗਿਆ 57 ਆ ਗਿਆ। ਸਰਕਾਰ ਕੋਈ ਆਵੇ, ਨੌਕਰੀ ਦੇਵੇ, ਭ੍ਰਿਸ਼ਟਾਚਾਰ ਖਤਮ ਕਰੇ। ਦੇਖੋ ਗੱਲ ਇਹ ਹੈ, ਲੋਕ ਬਾਹਰ ਨੂੰ ਜਾ ਰਹੇ ਨੇ, ਹੋਰ ਕੋਈ ਮੁੱਦਾ? ਦੇਖੋ ਇੱਕ ਬਾਊ ਜੀ ਖੋਰਾ, ਤੁਸੀਂ ਵੀ ਹੁਣ ਜਿਹੜਾ ਕੋਈ ਮਕਾਨ ਪਾਊਗਾ, 440 ਰੁਪਏ ਦਾ ਥੈਲਾ ਹੋਇਆ ਵਾ ਸਿਮਿੰਟ ਦਾ, ਰੇਤੇ ਦੀ ਇੱਕ ਛੋਟੀ ਜਿਹੀ ਰੇਹੜੀ, ਉਹ 500 ਦੀ ਹੋਈ ਵੀ ਆ, ਗਰੀਬ ਆਦਮੀ ਕਿੱਥੇ ਪਾਊਗਾ? ਜਿਹੜਾ ਭ੍ਰਿਸ਼ਟਾਚਾਰ ਹੈ, ਜ਼ਮੀਨਾਂ ਕਿਉਂ ਮਹਿੰਗੀਆਂ ਹੋਈਆਂ ਨੇ? ਮੀਆਂ ਬੀਬੀ ਮੁਲਾਜ਼ਮ ਨੇ, 70-70 ਹਜ਼ਾਰ ਰੁਪਇਆ ਤਨਖਾਹ ਨੇ, ਬਾਕੀ ਪ੍ਰੋਬਲਮ ਦੇ ਨੇ, ਮੈਂ ਮੇਰੇ ਵਰਗਾ ਕਿੱਥੇ ਲੈ ਲੂਗਾ? ਸਰ, ਮੇਰੀ ਬੇਨਤੀ ਹੈ ਕਿ ਲੋਕ ਤਾਂ ਜਿਹੜੇ ਚਾਹੁੰਦੇ ਵੀ ਸਾਨੂੰ ਕੋਈ ਸਹੂਲਤ ਮਿਲੇ, ਇਸੇ ਚੱਕਰ 'ਚ ਆਇਆ ਹੁਣ ਤੋਂ, ਬਾਕੀ ਸਾਡੇ ਜ਼ਿਆਦਾ ਤੁਹਾਨੂੰ ਪਤਾ ਹੋਣਾ, ਤੁਸੀਂ ਘੁੰਮ ਰਹੇ ਹੋ ਵੀ ਕਿਹੜੀ ਪਾਰਟੀ ਚਾਹੁੰਦੇ ਆ ਲੋਕ, ਇਹ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈ। ਅੱਜ ਤਾਂ ਕਹਿੰਦੇ ਬਿਜਲੀ ਜਿਹੜੀ ਆ ਫ੍ਰੀ ਕਰ ਰਿਹਾ, ਬਹੁਤ ਵਧੀਆ ਕਰ ਰਹੇ ਨੇ, ਕਰ ਤਾਂ ਇਹ ਵੀ ਰਹੇ ਨੇ, ਹੁਣ ਇਹ ਟਾਈਮ ਨਾਲ ਦੱਸਣਗੇ ਵੀ ਕਿਹੜਾ ਕਰਦਾ ਹੈ। ਲੋਕਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ, ਬੇਸਿਕ ਜਿਹੜੀਆਂ ਮੁੱਦੇ ਜਾਂ ਮੰਗਾਂ ਕਹਿ ਸਕਦੇ ਹਾਂ ਆਪਾਂ, ਸਿਰਫ ਹੋਏਗੀ ਨਹੀਂ, ਇੱਕ ਤਾਂ ਭ੍ਰਿਸ਼ਟਾਚਾਰ ਖਤਮ ਹੋਣੀ ਚਾਹੀਦੀ ਆ, ਔਰ ਦੂਜੀ ਇਹ ਕਿ ਘਰ ਘਰ ਜਿਹੜੀ ਨੌਕਰੀ ਉਹ ਹੋਣੀ ਲਾਜ਼ਮੀ। ਸਰਕਾਰ ਚਾਹੇ ਕੋਈ ਵੀ ਆਵੇ, ਪਰ ਜਿਹੜੀ ਆਮ ਜਨਤਾ ਉਹ ਇਹਨਾਂ ਸਰਕਾਰਾਂ ਤੋਂ ਇਹੀ ਮੰਗ ਕਰਦੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ, ਆਮ ਮੰਗਾਂ ਨੇ, ਕੋਈ ਜ਼ਿਆਦਾ ਮੰਗਾਂ ਵੀ ਹੈ ਨਹੀਂ, ਉਹ ਪੂਰੀਆਂ ਹੋਣੀਆਂ ਚਾਹੀਦੀਆਂ।